जग रचना तैसे रची जो
ਹਨੂ ਨੇ ਕਹਿ ਦੇ ਬੇਟੇ ਜਗਜੀਤ ਦੀ ਅਚਨਚੇਤ ਮੌਤ ਸਾਧ ਸੰਗਤ ਜੀ ਇਸ ਮੌਤ ਨੇ ਸਾਰਿਆਂ ਨੂੰ ਭਿਜੋੜ ਕੇ ਰੱਖਿਆ ਔਰ ਹੁਣ ਬੇਟਾ 23 ਸਾਲ ਦੀ ਉਮਰ ਪੂਰੀ ਕਰਕੇ 24 ਸਾਲ ਇਸ ਬੇਟੇ ਨੂੰ ਲੱਗਿਆ ਸੀ ਸੋ ਸਤਿਗੁਰ ਰਿੰਦਰ ਸਿੰਘ ਜੀ ਉਹਨਾਂ ਦੇ ਅੱਖਾਂ ਦਾ ਤਾਰਾ ਹਮੇਸ਼ਾ ਲਈ ਸਾਨੂੰ ਵੱਲ ਦਾ ਕਰੇਗਾ ਔਰ ਸਾਧ ਸੰਗਤ ਜੀ ਧੰਨ ਉਹ ਸਾਡੀ ਬੇਟੀ ਜੋ ਵਿਆਹ ਦੇ 4ਵੇਂ ਮਹੀਨੇ ਦੇ ਵਿੱਚ ਵਿਧਵਾ ਹੋ ਗਈ ਅੱਜ ਇਸ ਦੁੱਖ ਦੀ ਘੜੀ ਦੇ ਉੱਤੇ ਸਾਧ ਸੰਗਤ ਜੀ ਜਿੱਥੇ ਸਰਦਾਰ ਭੁਪਿੰਦਰ ਸਿੰਘ ਦੇ ਪਰਿਵਾਰ ਨੂੰ ਬਹੁਤ ਦੁੱਖ ਹੈ ਅਤੇ ਤਲਾਣੀਆਂ ਪਰਿਵਾਰ ਨੂੰ ਬਹੁਤ ਦੁੱਖ ਹੈ ਉੱਥੇ ਸਮੁੱਚੇ ਇਲਾਕੇ ਦੀ ਸੰਗਤ ਨੂੰ ਅਤੇ ਖਾਸ ਤੌਰ 'ਤੇ ਆੜ੍ਹਤੀ ਵਰਗ ਨੂੰ ਬਹੁਤ ਹੀ ਦੁੱਖ ਹੈ ਅਜਿਹੀ ਮੌਤ ਇੱਕ ਹਾਦਸਾ ਸੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਦਸੰਬਰ ਦੇ ਮਹੀਨੇ ਦੇ ਔਰ ਇਲਾਕੇ ਭਰ ਦੇ ਸੰਗਤਾਂ ਦੇ ਪਿਆਰੇ ਸਤਿਕਾਰੇ ਕਾਕਾ ਜਗਦੀਪ ਸਿੰਘ ਉਹਨਾਂ ਵਾਸਤੇ ਸ਼ਰਧਾ ਸਤਿਕਾਰ ਪਿਆਰ ਲੈ ਕੇ ਗੁਰੂ ਸਤਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਕਰੇ ਪੱਛਮ ਕੇ ਤਾਈ ਪੂਰਵ ਹੀ ਲੈ ਜਾਤ ਸਿਆਣਪ ਕਤੂ ਕਾਮਨਾ ਆਤ ਜੋ ਅਨੁਰੂਪਿਓ ਠਾਕਰ ਮੇਰੇ ਹੋਈ ਰਹੀ ਵਾਹਿਗੁਰੂ ਜੀ ਕੀ ਫਤਿਹ ਜਿਸ ਕਿਸਮ ਦਾ ਵਿਛੋੜਾ ਸਰਦਾਰ ਜਗਦੀਪ ਸਿੰਘ ਜੀ ਦਾ ਹੈ ਇਸ ਨੂੰ ਬੋਲਣ ਵਾਲੇ ਲਈ ਵਿਆਖਿਆ ਕਰਨੀ ਸ਼ਾਇਦ ਸੌਖੀ ਹੋਵੇ ਲੇਕਿਨ ਮਾਂ ਲਈ ਪਿਤਾ ਲਈ ਉਸ ਬੱਚੇ ਲਈ ਜਿਸ ਨੇ ਉਹਦੇ ਨਾਲ ਆਨੰਦ ਕਾਰਜ ਲਈ ਛੋਟੇ ਭਰਾ ਲਈ ਔਰ ਪਰਿਵਾਰ ਦੇ ਬਾਕੀ ਸਾਰੇ ਜੀਆਂ ਲਈ ਇਸ ਵਿਛੋੜੇ ਨੂੰ ਹਿਰਦੇ 'ਤੇ ਸਹਿਣਾ ਬਹੁਤ ਕਠਿਨ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਫਰਮਾਨ ਵੀ ਕੀਤਾ ਕਿ ਜਿਸ ਠਾਕਰ ਸੋ ਨਾਹੀ ਚਾਰਾ ਤਾਂ ਤੋਂ ਕੀਤਾ ਸਾਧਨ ਨਮਸਕਾਰ ਕਿ ਵਿਛੋੜਾ ਸਹਿਣ ਵੀ ਹੈ ਅਸਹਿਣ ਵੀ ਹੈ ਅਤੇ ਦੁਖਦਾਇਕ ਵੀ ਲੇਕਿਨ ਜਿੱਥੇ ਮਨੁੱਖ ਦਾ ਜ਼ੋਰ ਨਹੀਂ ਚੱਲਦਾ ਫਿਰ ਉੱਥੇ ਸਵਾਏ ਅਰਦਾਸ ਤੋਂ ਭਾਣਾ ਮੰਨਣ ਤੋਂ ਹੋਰ ਸਾਡੇ ਕੋਲ ਰਸਤਾ ਵੀ ਕੋਈ ਨਹੀਂ ਗੁਰੂ ਸਾਹਿਬ ਜੀ ਨੇ ਇਹ ਗੱਲਾਂ ਕਹੀਆਂ ਭੱਟੀ ਸਾਹਿਬ ਸਿੰਘ ਪਾਤਸ਼ਾਹ ਜੀ ਨੇ ਤਾਂ ਭਾਣਾ ਮੰਨਣ ਦੀ ਸਿਖਰ ਹੀ ਕਰ ਦਿੱਤੀ ਜਦੋਂ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਲੱਖੇ ਜਿਗਰ ਜਿਹੜੇ ਸਪੁੱਤਰ ਸਨ ਜਿਨ੍ਹਾਂ ਨੂੰ ਬਹੁਤ ਹੀ ਪਿਆਰ ਅਤੇ ਲਾਡਾਂ ਨਾਲ ਪਾਲਿਆ ਆਪਣੀਆਂ ਅੱਖਾਂ ਸਾਹਮਣੇ ਆਪਣੇ ਪੁੱਤਰਾਂ ਦੇ ਸੀਨਿਆਂ ਵਿੱਚ ਬਰਸ਼ੀਆਂ ਖੁੱਭਦੀਆਂ ਵੇਖੀਆਂ ਲੇਕਿਨ ਉਹ ਵੀ ਭਾਣੇ 'ਚ ਰਹੇ ਉਹ ਵੀ ਰਜਾ ਵਿੱਚ ਰਹੇ ਦੋ ਬੱਚੇ ਉਹਨਾਂ ਦੇ ਸਰਹੱਦ ਦੀਆਂ ਦੀਵਾਰਾਂ ਵੀ ਚਲੇ ਗਏ ਜਦੋਂ ਸੁਨੇਹਾ ਮਿਲਿਆ ਰਾਏ ਕਿਲ੍ਹੇ ਦੀ ਹਵੇਲੀ ਦੇ ਸਾਹਮਣੇ ਅਤੇ ਗੁਰੂ ਸਾਹਿਬ ਜੀ ਨੂੰ ਮੂਰਾ ਬਾਜੀ ਨੇ ਦੱਸਿਆ ਪਾਤਸ਼ਾਹ ਦੋ ਨਿੱਕੇ ਨਿੱਕੇ ਬਾਲ ਵੀ ਜੂੰਗੇ ਜੀ ਸਰਹੱਦ ਦੀ ਦੀਵਾਰ ਵੀ ਚਿਣ ਦਿੱਤੇ ਉਹਨਾਂ ਨੇ ਕਾਹੀ ਦਾ ਬੂਹਾ ਬੂਟਾ ਪੱਟ ਕੇ ਇੱਕ ਸੁਨੇਹਾ ਦਿੱਤਾ ਜ਼ੁਲਮ ਦੀ ਰਾਤ ਜੜ ਪੱਟੀ ਗਈ ਇਹ ਬਾਤ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਜਿਹੜੀ ਸੀ ਉਹ ਉਹਦੇ ਕੋਲ ਚਲੀ ਗਈ ਮੈਂ ਸੁਰਖੁਰ ਹੋ ਗਈ ਇਸ ਕਿਸਮ ਦੇ ਵਿਛੋੜੇ ਜਿਹੜੇ ਨੇ ਖਾਸ ਕਰਕੇ ਜਵਾਨ ਅਵਸਥਾ ਦੇ ਵਿੱਚ ਕੁਦਰਤੀ ਹੈ ਇਹ ਮਾਂ ਲਈ
ਛਾੜ ਸਗਲ ਜੰਜਾਲ ਰਾਣਾ ਰੌਣਾ ਪੁਰ ਹੈ ਰੰਗ ਨਾ ਤੁੰਗ ਨਾ ਬੰਦਾ ਤੀਰ ਆਜ ਕਾਲੀ ਉੱਠ ਜਾਹੀਗਾ ਜੈਸੇ ਜਲ ਤੇ ਬੁਧ ਬੁਧਾਪ ਜੈ ਬਿਨ ਸੈ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਨਿਮਾਣੇ ਹੋ ਕੇ ਮਾਣ ਗੁਰੂ ਕੇਤਾਣ ਗੁਰੂ ਨਿਉਟਿਓ ਕੀਓ ਆਸਰਿਓ ਕੀ ਆਸਰੀ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਵਾਹਿਗੁਰੂ ਵਾਹਿਗੁਰੂ ਵਾਹਿ ਵਾਹ
जग रचना सब झूठ है, जग रचना सब झूठ है, जान ने हो रे नीत, जान ने हो ਸ਼ਮਸ਼ਾਨ ਭੂਮਿਕਾ ਦੇ ਵਿੱਚ ਸਦਾ ਦੀ ਨੀਂਦ ਸੌਂਦੇ ਗੱਜ ਕੇ ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ। ਸਜਣ ਮੇਰੇ ਰੰਗ ਨੇ
सजन मेरे रंग रे जाए सुते जीना Okay.
ਫਲਵਾੜੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਬੂਟੇ ਲੱਗੇ ਹੁੰਦੇ ਨੇ ਗੁਰੂ ਪਿਆਰਿਓ, ਕਈ ਬੂਟੇ ਪੱਕੇ ਹੁੰਦੇ ਨੇ, ਉਹਨਾਂ ਦੇ ਫੁੱਲ ਖਿੜੇ ਹੁੰਦੇ ਨੇ, ਕਈ ਫੁੱਲ ਹਜੇ ਖਿੜਨ ਲੱਗੇ ਹੁੰਦੇ ਨੇ, ਕਲੀਆਂ ਹੁੰਦੀਆਂ ਨੇ। ਨਾਲ ਦੀ ਨਾਲ ਗੁਰੂ ਪਿਆਰਿਓ ਉਸ ਫੁਲਵਾੜੀ ਦੇ ਉੱਤੇ ਲਿਖ ਕੇ ਲਾਇਆ ਹੁੰਦਾ ਕਿ ਇੱਥੋਂ ਫੁੱਲ ਤੋੜਨਾ ਮਨਾ ਹੈ, ਗੱਜ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਕੋਈ ਫੁੱਲ ਨਹੀਂ ਤੋੜ ਸਕਦਾ ਉੱਥੋਂ। ਪਰ ਗੁਰੂ ਪਿਆਰਿਓ ਇੱਕ ਇਹੋ ਜਿਹਾ ਇਨਸਾਨ ਵੀ ਹੁੰਦਾ ਹੈ ਜਿਹੜਾ ਚਾਹੇ ਫੁੱਲ ਤੋੜ ਲਵੇ, ਚਾਹੇ ਕਲੀ ਤੋੜ ਲਵੇ, ਚਾਹੇ ਬੂਟਾ ਪੁੱਟ ਕੇ ਬਾਹਰ ਸੁੱਟ ਦੇਵੇ, ਪਰ ਗੁਰੂ ਪਿਆਰਿਓ ਉਹਨੂੰ ਕੋਈ ਕੁਝ ਨਹੀਂ ਕਹਿ ਸਕਦਾ, ਗੱਜ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਉਹ ਪਤਾ ਕੌਣ ਹੁੰਦਾ? ਗੁਰੂ ਪਿਆਰਿਓ ਉਹ ਹੁੰਦਾ ਉਸ ਬਾਗ ਦਾ ਮਾਲੀ, ਗੱਜ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਇਹ ਸਾਰਾ ਸੰਸਾਰਿਕ ਫੁਲਵਾੜੀ ਹੈ, ਉਸ ਅਕਾਲ ਪੁਰਖ ਦੀ ਫੁਲਵਾੜੀ, ਤੇ ਉਹ ਅਕਾਲ ਪੁਰਖ ਸਾਡਾ ਮਾਲੀ ਹੈ। ਚਾਹੇ ਤਾਂ ਉਹ ਪੱਕਿਆ ਫੁੱਲ ਤੋੜ ਲਵੇ, ਖਿੜਿਆ ਫੁੱਲ ਤੋੜ ਲਵੇ, ਚਾਹੇ ਉਹ ਕਲੀ ਤੋੜ ਲਵੇ, ਗੁਰੂ ਪਿਆਰਿਓ ਉਹਨੂੰ ਕੋਈ ਕੁਝ ਨਹੀਂ ਕਹਿ ਸਕਦਾ, ਰੱਜ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਉਹਨੂੰ ਕੋਈ ਕੁਝ ਨਹੀਂ ਕਹਿ ਸਕਦਾ, ਸਿਰਫ ਤੇ ਸਿਰਫ ਇਹ ਕਿਹਾ ਜਾਂਦਾ ਹੈ ਕਿ ਤੇਰਾ ਕੀ ਆ ਮਿੱਠਾ ਲੱਗਿਆ। ਸੱਚੇ ਪਾਤਸ਼ਾਹ ਤੇਰਾ ਭਾਣਾ ਮਿੱਠਾ ਕਰਕੇ ਮੰਨਣਾ ਪੈਣਾ। ਤੋ ਆਓ ਗੁਰੂ ਪਿਆਰੇ ਸਭ ਸੰਸਾਰ Thank you.
जब दिल से होती है दुआ कबूल होती है, दुआ जब दिल से होती है, मुश्किल तो ये है कि दुआ ही बड़ी मुश्किल से होती है। असी ये दुआ करनी है उस अकाल पुरख दे चरणा विच, ये अरदास करनी है सच्चे पातशाह भाई जगदीप सिंह समाज दे विच विचरदे आ, संसार दे विच विचरदे आ, तन करके मन करके वो शरीर पातों पासों एक नहीं बहुत तरह दिया गलतियां भुना चुका हो गई होनी सच्चे पातशाह अपने भाणे अंदर ना चितारनिया उस आत्मा सुई जिन जाए और कर्म ना लिखै पाए सज्जन साहेब
ਸਾਰੇ ਜਪੋ ਪਰਮੇਸ਼ਰ ਦਾ ਨਾਮ ਨਹੀਂ ਜਪਦੀ ਗੁਰੂ ਪਿਆਰਿਓ ਸੱਚੀ ਦਰਗਾਹ ਦੇ ਵਿੱਚ ਉਹਨੂੰ ਤਿਲ ਤਿਲ ਕਰਕੇ ਕੱਢਿਆ ਜਾਂਦਾ ਹੈ। ਆਓ ਇਸ ਰਸਨਾ ਦਾ ਲਾਹਾ ਲਈਏ, ਇਸ ਮਨੁੱਖੀ ਸਰੀਰ ਦਾ ਲਾਹਾ ਲਈਏ। ਆਪਾਂ ਸਾਰੇ ਰਲ ਕੇ ਸ੍ਰੀ ਅਨੰਦ ਸਾਹਿਬ ਜੀ ਦਾ ਜਾਪ ਕਰੀਏ। ਰਾਮ ਕਲੀ ਮਹੱਲਾ ਤੀਜਾ ਆਨੰਦ ਕੁਅੰਕਾਰ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੁਖੀ ਮਨ ਵਧੀਆ ਦਾਤਾ ਰਾਗ ਰਤਨ ਪਰਵਾਰ ਬਣੀ ਸ਼ਬਦ ਦਾ ਬਣਿਆ ਸੁਆਮੀ ਸੋ ਕਿਉਂ ਗੁਰੂ ਵਿਸਾਰੇ ਸਾਚੇ ਸਾਰੇ ਬਾਪਿਆ ਨਹੀਂ ਕਰਦੇ ਸਦਾ ਸਿੱਖ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆਵਾ ਤੇ ਸਭ ਸੁਖ ਮੇਰੇ ਕਹਿ ਨਾਨਕ ਸੱਚੇ ਸਰ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ
प्यारे हो तुम ते हो स्वागत आकारी तुमरी गात में तो तुम ही जानी नानक दास सदा कुर्बान तुदे आगे अरदास हमारी जियो पिंड सब तेरा वाहे गुरु कह नानक सब तेरी वड्याई कोई नाम न जाने मेरा वाहे गुरु बोलना जी सतनाम श्री वाहे गुरु वाहेगुरु जी अरदास ओंकार श्री वाहेगुरु जी की फतेह श्री भगवती जी सहाय वाह श्री भगवती जी की पातशाही दसवीं प्रथम भगवती सिमर कर गुरु नानक लई ध्याए फिर अंग बहादुर सिमर करना ध्याए ताए सब थाई हो जी सहाय दसवें पातशाह साहिब श्री गुरु गोबिंद सिंह साहब महाराज जी सब थाई हो सहाय दसों पातशाहियों के आत्मक स्वरूप साहिब श्री गुरु ग्रंथ साहब महाराज जी तुरकी बाणी आई तिन सगले चिंत मटाए तिना दे पाठ दर्शन दीदार का ध्यान करके माई का ध्यान करके खालसा जी सर बोलो जी वाहे गुरु जिन्हों सिंह सिंगड़िया ने धर्म के सिर ते बंद बंद कटाए पुठिया कुला लुहाइया खोपड़िया उतराइया चरखड़िया ते चढ़े आरिया नाल चराए गए गुरुद्वारे की सेवा दी कुर्बानियां कीतियां धर्म नहीं हारिया सिखे केसा सासा संग निभाई ਤਿੰਨਾਂ ਪਿਆਰਿਆਂ ਸਚਿਆਰਿਆਂ ਗੁਰਮੁਖਾਂ ਸਿੰਘ ਤ੍ਰਿਪੜਾ ਪ੍ਰਸ਼ਾਦੀ ਦੇਖ ਕੇ ਆ ਰਿਹਾ ਆਪ ਜੀ ਕੋਲ ਭੋਗ ਲੱਗੇ ਪ੍ਰਵਾਨ ਹੋਇਆ ਭੋਗ ਸਾਧ ਸੰਗਤ ਵਿੱਚ ਵਰਤਣ ਦੀ ਆਗਿਆ ਹੋਵੇ ਆਪ ਜੀ ਕਿਰਪਾ ਕਰੋ ਆਪਣੇ ਵਿਖਾਰ ਦੇ ਵਿੱਚੋਂ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਸਾਧ ਸੰਗਤ ਨੂੰ ਕਿਰਤਾਰਤ ਕਰੋ ਹੁਕਮਨਾਮੇ ਅਤੇ ਚੱਲਣ ਦਾ ਵਾਰ ਬਖਸ਼ੋ ਅੱਜ ਉਹਦੇ ਅੰਦਰ ਜੋ ਜੀ ਆਪ ਸੁਰਾਜੀ ਜਾਵੇ ਚਰਨ ਬਾਣ ਆਵੇ ਸੁਖ ਹੋਵੇ ਨਾਮ ਕਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਆਗਿਆ ਪਈ ਅਨਹਾਰ ਗੁਰੇ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਝਨੋ ਆ ਚਿੰਤ ਬਾਜ ਪਏ ਬਾਜ ਪਏ ਕਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿਤ ਨਾ ਚਿਤ ਸੰ ਸੋ ਗਲੀ ਰੱਬ ਕੀਆਂ ਸੋ ਕਹੋ ਤਨ ਗੁਰ ਸੇਵੀਐ ਅਹਿਰਸ ਸਹਿਜ ਸੁਭਾਈਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਦ੍ਰਿਸ਼ਟੰਤ ਏਕੋ ਸੁਨਿਅੰਤ ਏਕੋ ਵਰਤੰਤ ਏਕੋ ਨਾਰ ਹਰ ਹੈ ਨਾਮ ਦਾਨ ਜਚੰਤ ਨਾਨਕ ਦਿਆਲ ਪੁਰਖ ਕਿਰਪਾ ਕਰਹਿ ਦ੍ਰਿਸ਼ਟੰਤ ਏਕੋ ਸੁਨਿਅੰਤ ਏਕੋ ਵਰਤੰਤ ਏਕੋ ਨਾਰ ਹਰ ਹੈ ਨਾਮ ਦਾਨ ਜਚੰਤ ਨਾਨਕ ਦਿਆਲ ਪੁਰਖ ਕਿਰਪਾ ਕਰਹਿ ਇੱਕ ਸੇਵੀ ਇੱਕ ਸੰਮਲਾ ਹਰ ਇੱਕ ਸਫਹਿ ਅਰਦਾਸ ਨਾਮ ਵਖਰ ਧਨ ਸੰਚਿਆ ਨਾਨਕ ਸੱਚੀ ਆਸ ਪ੍ਰਭ ਦਿਆਲ ਬੇਅੰਤ ਪੂਰਨ ਇੱਕ ਇਹੋ ਸਭ ਕਿਛ ਆਪੇ ਆਪ ਦੂਜਾ ਕਹਿ ਕਿਹੋ ਆਪ ਕਰੋ ਕਿਹੋ ਆਵਣ ਜਾਣਾ ਹੁਕਮ ਸ
ਸਾਧ ਰਹਿਜਨ ਚੁਤ ਥਿਹੁ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇਹੁ ਆਵਣ ਜਾਣਾ ਹੁਕਮ ਸਾਧ ਰਹਿਜਨ ਤੁਧ ਥਿਹੁ ਨਾਮ ਦੇਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਵਿੱਤਰ ਗੋਦ ਦੇ ਵਿੱਚ ਬਰਾਜਮਾਨ ਸਤਿਕਾਰ ਜੋ ਸਾਧ ਸੰਗਤ ਕਰੋ ਆਖਰ ਜਿਹੀ ਨਹੀਂ ਜੋ ਹੰਝੂ ਨਿਕਲ ਰਹੇ ਬੇਟੇ ਜਗਦੀਪ ਜੀ ਅਚਨ ਚੇਤ ਮੌਤ ਸਾਧ ਸੰਗਤ ਜੀ ਇਸ ਮੌਤ ਨੇ ਸਾਰਿਆਂ ਨੂੰ ਭਿਜੋੜ ਕੇ ਰੱਖਿਆ ਔਰ ਹੁਣ ਬੇਟਾ 23 ਸਾਲ ਦੀ ਉਮਰ ਪੂਰੀ ਕਰਕੇ 24 ਸਾਲ ਇਸ ਬੇਟੇ ਨੂੰ ਲੱਗਿਆ ਸੀ ਸੋ ਸਤਵਿੰਦਰ ਸਿੰਘ ਜੀਵਨ ਦੇ ਅੱਖਾਂ ਦਾ ਤਾਰਾ ਹਮੇਸ਼ਾ ਲਈ ਸਾਨੂੰ ਬਦਲਦਾ ਕਰੇਗਾ ਔਰ ਸਾਧ ਸੰਗਤ ਜੀ ਧੰਨ ਹੈ ਉਹ ਸਾਡੀ ਬੇਟੀ ਜੋ ਵਿਆਹ ਦੇ 4ਵੇਂ ਮਹੀਨੇ ਦੇ ਵਿੱਚ ਵਿਧਵਾ ਹੋ ਗਈ ਅੱਜ ਇਸ ਦੁੱਖ ਦੀ ਕੜੀ ਦੇ ਉੱਤੇ ਸਾਧ ਸੰਗਤ ਜੀ ਜਿੱਥੇ ਸਰਦਾਰ ਭੁਪਿੰਦਰ ਸਿੰਘ ਦੇ ਪਰਿਵਾਰ ਨੂੰ ਬਹੁਤ ਦੁੱਖ ਹੈ ਅਤੇ ਤਲਾਣੀਆਂ ਪਰਿਵਾਰ ਨੂੰ ਬਹੁਤ ਦੁੱਖ ਹੈ ਉੱਥੇ ਸਮੁੱਚੇ ਇਲਾਕੇ ਦੀ ਸੰਗਤ ਨੂੰ ਅਤੇ ਖਾਸ ਤੌਰ 'ਤੇ ਆੜ੍ਹਤੀ ਵਰਗ ਨੂੰ ਬਹੁਤ ਹੀ ਦੁੱਖ ਹੈ ਅਜਿਹੀ ਮੌਤ ਇੱਕ ਹਾਦਸਾ ਸੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਦਸੰਬਰ ਦੇ ਮਹੀਨੇ ਦੇ ਵਿੱਚ ਇੰਨੇ ਚਾਹਵਾਂ ਨਾਲ ਸ਼ਾਦੀਆਂ ਕਰਕੇ ਇਹ ਬੇਟਾ ਇੰਨੀ ਜਲਦੀ ਸਾਡੇ ਪਾਸੋਂ ਚਲਾ ਜਾਏਗਾ ਸੋ ਜਿੱਥੇ ਸਮੁੱਚੀ ਇਲਾਕੇ ਦੀ ਸੰਗਤ ਅੱਜ ਦੁੱਖ ਦੇ ਵਿੱਚ ਸਾਹਿਬ ਭੁਪਿੰਦਰ ਸਿੰਘ ਦੇ ਨਾਲ ਖੜੀ ਹੈ ਉੱਥੇ ਮੈਨੂੰ ਹੁਕਮ ਹੋਇਆ ਕਿ ਕੁਛ ਕੁ ਰਾਜਨੀਤਿਕ ਸ਼ਖਸੀਅਤਾਂ ਜੋ ਸਾਡੇ ਵਿੱਚ ਬਿਰਾਜਮਾਨ ਨੇ ਸਾਰਿਆਂ ਨੂੰ ਬੋਲਣ ਦਾ ਸਮਾਂ ਨਹੀਂ ਦੇ ਸਕਦੇ ਅਤੇ ਕਰਨੈਲ ਸਿੰਘ ਜੀ ਪਚੌੜੀ ਧੰਨਵਾਦ ਕਰਕੇ ਸੋ ਮੈਂ ਬੇਨਤੀ ਕਰਾਂਗਾ ਸਰਦਾਰ ਸਿੰਘ ਜੀ ਪੱਟੀ ਨੂੰ ਕਿ ਉਹ ਅੱਗੇ ਦੁੱਖ ਸਾਂਝਾ ਪ੍ਰਵਾਨ ਕਰਨ ਬਹੁਤ ਹੀ ਪਿਆਰੇ ਬਹੁਤ ਹੀ ਸਾਡੇ ਪੁੱਤਰ ਔਰ ਇਲਾਕੇ ਭਰ ਦੇ ਸੰਗਤਾਂ ਦੇ ਪਿਆਰੇ ਸਤਿਕਾਰੇ ਕਾਕਾ ਜਗਦੀਪ ਸਿੰਘ ਉਹਨਾਂ ਵਾਸਤੇ ਸ਼ਰਧਾ ਸਤਿਕਾਰ ਪਿਆਰ ਲੈ ਕੇ ਗੁਰੂ ਸਤਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਤਾ ਕਰੇ ਪੱਛਮ ਕੇ ਤਾਈ ਪੂਰਵ ਹੀ ਲੈ ਜਾਤ ਸਿਆਣਫ ਕਤੂ ਕਾਮਨਾ ਆਤ ਜੋ ਅਨੁਰੂਪਿਓ ਠਾਕਰ ਮੇਰੇ ਹੋਈ ਰਹੀ ਸਤ ਆਪਾਂ ਸਾਰਿਆਂ ਨੂੰ ਸਰ ਸਵਰਨ ਸਿੰਘ ਹੋਣਾ ਦਾ ਸਰ ਭੁਪਿੰਦਰ ਸਿੰਘ ਮੇਰੇ ਵੱਡੇ ਭਰਾ ਸਰਦਾਰ ਪ੍ਰਗਟ ਸਿੰਘ ਹੋਣਾ ਦਾ ਪਰਿਵਾਰ ਬੜੀਆਂ ਖੁਸ਼ੀਆਂ ਨਾਲ ਬੜੇ ਚਾਵਾਂ ਨਾਲ ਸ਼ਾਦੀਆਂ ਹੋਈਆਂ ਬੜੀਆਂ ਸਾਰੇ ਸੱਜਣ ਜੋ ਇੱਥੇ ਹਾਜ਼ਰ ਆ ਲਗਭਗ ਸਾਰਿਆਂ ਨੇ ਖੁਸ਼ੀਆਂ ਦੇ ਵਿੱਚ ਹਿੱਸਾ ਪਾਇਆ ਖੁਸ਼ੀਆਂ ਦੀਆਂ ਗੱਲਾਂ ਕੀਤੀਆਂ ਪਰ ਇਹ ਪਤਾ ਨਹੀਂ ਸੀਗਾ ਕਿ ਐਡੀ ਛੇਤੀ ਇਹ ਸਫ਼ਰ ਜਿਹੜਾ ਹੈਗਾ ਐਡੀ ਜਲਦੀ ਮੁੱਕ ਜਾਣਾ ਰਿਸ਼ਤੇ ਦਾ
ਅਜੇ ਕੋਈ ਕੋਈ ਦੋ ਕਦਮ ਚੱਲ ਲੈਂਦਾ ਇਨਸਾਨ ਦਾ। ਆਪਾਂ ਬਹੁਤ ਗੱਲਾਂ ਜੋ ਅੱਤ ਪਿਆਰਾ ਸੀ, ਅੱਤ ਸਮਝਦਾਰ ਸੀ, ਅੱਤ ਚੰਗਾ ਸੀ, ਸਾਰੇ ਗੁਣ ਵਾਹਿਗੁਰੂ ਨੂੰ ਦਿੱਤੇ ਸੀ, ਉਹਦੇ ਰੂਹ ਆਤਮਾ ਨੂੰ ਆਪਣੇ ਚਰਨਾਂ 'ਚ ਵਾਸ ਬਖਸ਼ਣ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੀ ਬੇਨਤੀ ਸਮਾਪਤ ਕਰਨ ਤੋਂ ਪਹਿਲਾਂ ਆਏ ਹੋਏ ਸਤਿਕਾਰ ਸ਼ਖਸੀ ਰਾਜਨੀਤਿਕ ਪਾਰਟੀਆਂ ਦੇ ਆਗੂ ਸਾਹਿਬਾਨ, ਸਾਡੇ ਸ਼੍ਰੋਮਣੀ ਅਕਾਲੀ ਦਲ ਤੋਂ ਜ਼ਿਲ੍ਹਾ ਪ੍ਰਧਾਨ ਸਾਹਿਬ ਰਣਜੀਤ ਸਿੰਘ ਜੀ ਗਿੱਬੜਾ ਸਾਹਿਬ, ਸਮੁੱਚੇ ਸਾਰਾ ਸਾਡਾ ਪਰਿਵਾਰ, ਪੰਜ ਸਰਪੰਚ ਸਾਹਿਬਾਨ, ਸਾਰੇ ਆਗੂ ਸੱਜਣ, ਇਲਾਕੇ ਤੋਂ ਪਤਵੰਤੇ ਸੱਜਣ, ਮਾਤਾਵਾਂ ਭੈਣਾਂ, ਰਿਸ਼ਤਿਆਂ 'ਚੋਂ ਸਾਡੀਆਂ ਬੱਚੀਆਂ, ਬਹੁਤ ਸਾਰੇ, ਮੇਰਾ ਖਿਆਲ ਆ ਕੋਈ ਪਿੱਛੇ ਨਹੀਂ ਰਹਿ ਗਿਆ, ਸਾਰਿਆਂ ਨੇ ਬਹੁਤ ਦੁੱਖ ਮਨਾਇਆ, ਅੱਜ ਜਿੱਥੇ ਹਾਜ਼ਰ ਹੋਇਆ ਸਭ ਦਾ ਧੰਨਵਾਦ ਕਰਦਾ, ਬਹੁਤ ਬਹੁਤ ਧੰਨਵਾਦ। ਪੁੱਛੋ ਦੇਖੇ ਮਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜਿਸ ਕਿਸਮ ਦਾ ਵਿਛੋੜਾ ਸਰਦਾਰ ਜਗਦੀਪ ਸਿੰਘ ਜੀ ਦਾ ਹੈ, ਇਸ ਨੂੰ ਬੋਲਣ ਵਾਲੇ ਲਈ ਵਿਆਖਿਆ ਕਰਨੀ ਸ਼ਾਇਦ ਸੌਖੀ ਹੋਵੇ, ਲੇਕਿਨ ਮਾਂ ਲਈ, ਪਿਤਾ ਲਈ, ਉਸ ਬੱਚੇ ਲਈ ਜਿਸਨੇ ਉਹਦੇ ਨਾਲ ਆਨੰਦ ਕਾਰਜ ਲਏ, ਛੋਟੇ ਭਰਾ ਲਈ ਔਰ ਪਰਿਵਾਰ ਦੇ ਬਾਕੀ ਸਾਰੇ ਜੀਆਂ ਲਈ, ਇਸ ਵਿਛੋੜੇ ਨੂੰ ਹਿਰਦੇ 'ਤੇ ਸਹਿਣਾ ਬਹੁਤ ਕਠਿਨ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਫਰਮਾਨ ਵੀ ਕੀਤਾ ਕਿ ਜਿਸ ਠਾਕੁਰ ਸੋਂ ਨਾਹੀ ਚਾਰਾ, ਤਾਂ ਤੂੰ ਕੀਤਾ ਸਾਧ ਨਮਸਕਾਰ। ਕਿ ਵਿਛੋੜਾ ਸਹਿਣ ਵੀ ਹੈ, ਅਸਹਿਣ ਵੀ ਹੈ ਅਤੇ ਦੁਖਦਾਇਕ ਵੀ, ਲੇਕਿਨ ਜਿੱਥੇ ਮਨੁੱਖ ਦਾ ਜ਼ੋਰ ਨਹੀਂ ਚੱਲਦਾ, ਫਿਰ ਉੱਥੇ ਸਵਾਏ ਅਰਦਾਸ ਤੋਂ, ਭਾਣਾ ਮੰਨਣ ਤੋਂ ਹੋਰ ਸਾਡੇ ਕੋਲ ਰਸਤਾ ਵੀ ਕੋਈ ਨਹੀਂ। ਗੁਰੂ ਸਾਹਿਬ ਜੀ ਨੇ ਇਹ ਗੱਲਾਂ ਕਹੀਆਂ, ਭੱਟੀ ਸਾਹਿਬ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤੱਤੀ ਲੋਹ 'ਤੇ ਬੈਠ ਕੇ ਸਾਡੇ ਲਈ ਪ੍ਰੇਰਨਾ ਦਿੱਤੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣਾ ਸੀਸ ਕਟਵਾ ਕੇ, ਉਹ ਵੀ ਸਾਡੇ ਲਈ ਪ੍ਰੇਰਨਾ ਸੀ। ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤਾਂ ਭਾਣਾ ਮੰਨਣ ਦੀ ਸਿਖਰੀ ਕਰ ਦਿੱਤੀ, ਜਦੋਂ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਲੱਖੇ ਜਿਗਰ ਜਿਹੜੇ ਸਪੁੱਤਰ ਸਨ, ਜਿਨ੍ਹਾਂ ਨੂੰ ਬਹੁਤ ਹੀ ਪਿਆਰ ਅਤੇ ਲਾਡਾ ਨਾਲ ਪਾਲਿਆ, ਆਪਣੀਆਂ ਅੱਖਾਂ ਸਾਹਮਣੇ ਆਪਣੇ ਪੁੱਤਰਾਂ ਦੇ ਸੀਨਿਆਂ ਵਿੱਚ ਵਰਸ਼ੀਆਂ ਖੁੱਭਦੀਆਂ ਵੇਖੀਆਂ, ਲੇਕਿਨ ਉਹ ਵੀ ਭਾਣੇ 'ਚ ਰਹੇ, ਉਹ ਵੀ ਰਜਾ ਵਿੱਚ ਰਹੇ, ਦੋ ਬੱਚੇ ਉਹਨਾਂ ਦੇ ਸਰਹੱਦ ਦੀਆਂ ਦੀਵਾਰਾਂ ਵੀ ਚਲੇ ਗਏ। ਜਦੋਂ ਸੁਨੇਹਾ ਮਿਲਿਆ ਰਾਏ ਕਿਲ੍ਹੇ ਦੀ ਹਵੇਲੀ ਦੇ ਸਾਹਮਣੇ, ਅਤੇ ਗੁਰੂ ਸਾਹਿਬ ਜੀ ਨੂੰ ਮੂਹਰਾ ਬਾਜੀ ਨੇ ਦੱਸਿਆ, ਪਾਤਸ਼ਾਹ ਦੋ ਨਿੱਕੇ ਨਿੱਕੇ ਬਾਲ ਵੀ ਜੂੰਗੇ ਜੀ ਸਰਹੱਦ ਦੀ ਦੀਵਾਰ ਵੀ ਚਿਣ ਦਿੱਤੇ, ਉਹਨਾਂ ਨੇ ਕਾਹੀ ਦਾ ਬੂਹਾ ਬੂਟਾ ਪੱਟ ਕੇ ਇੱਕ ਸੁਨੇਹਾ ਦਿੱਤਾ, ਜ਼ੁਲਮ ਦੀ ਰਾਤ ਜੜ ਪੱਟੀ ਗਈ, ਅਤੇ ਬਾਤ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਜਿਹੜੀ ਸੀ ਉਹਦੇ ਕੋਲ ਚਲੀ ਗਈ, ਮੈਂ ਸੁਰਖੁਰ ਹੋ ਗਏ। ਇਸ ਕਿਸਮ ਦੇ ਵਿਛੋੜੇ ਜਿਹੜੇ ਨੇ, ਖਾਸ ਕਰਕੇ ਜਵਾਨ ਅਵਸਥਾ ਦੇ ਵਿੱਚ, ਕੁਦਰਤੀ ਹੈ ਇਹ ਮਾਂ ਲਈ, ਅਤੇ ਐਸੇ ਵਿਖੜੇ ਸਮੇਂ ਵਿੱਚ ਇੱਕ ਤਾਂ ਟੇਕ ਰੱਖਣੀ ਆ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ, ਜਿੱਥੋਂ ਜੋਤ ਟੁੱਟੀ ਉਹਦੇ ਵਿੱਚ ਜੋਤ ਸਮਾ ਗਈ, ਉਹਦਾ ਧਿਆਨ ਕਰਕੇ ਉਹਦੇ ਅੱਗੇ ਅਰਦਾਸ ਕਰ। ਦੂਜੀ ਸ਼ਕਤੀ ਗੁਰੂ ਸਾਹਿਬ ਦੀ ਬਾਣੀ ਹੈ, ਜੋ ਇੱਕੇ ਓਂਕਾਰ ਤੋਂ ਲੈ ਕੇ 18-10-20 ਤੱਕ ਅੱਜ ਪੰਜਾਬ ਦੇ ਸਾਹਮਣੇ ਬਹੁਤ ਵੱਡੇ ਚੈਲੰਜ ਖਲੋਤੇ ਨੇ। ਹਰ ਰੋਜ਼ ਆਪਾਂ ਵੇਖਦੇ ਹਾਂ ਕਿ 2-2-3-3 ਖੁਦਕਸ਼ੀਆਂ ਪੰਜਾਬ ਵਿੱਚ ਹੋ ਰਹੀਆਂ। ਪੰਜਾਬ ਨੇ ਕਦੇ ਇਹ ਦਿਨ ਨਹੀਂ ਸੀ ਵੇਖੇ, ਇੱਥੇ ਬਹੁਤ ਧੜ ਵੀ ਆਏ, ਬੜੇ ਹਮਲਾਵਰ ਆਏ, ਉਹਨਾਂ ਸਾਰਿਆਂ ਦਾ ਟਾਕਰਾ ਪੰਜਾਬ ਦੇ ਲੋਕਾਂ ਨੇ ਛੋਲੇ ਖਾ ਖਾ ਕੇ ਗੁਜ਼ਾਰਾ ਕਰਕੇ ਉਹਨਾਂ ਦਾ ਮੁਕਾਬਲਾ ਕੀਤਾ। ਲੇਕਿਨ ਅੱਜ ਇਹ ਰਾਹ ਕਿਉਂ ਪੈ ਗਿਆ ਪੰਜਾਬ, ਇਸ ਰਾਹ ਨੂੰ ਸਿੱਖ ਕਿਉਂ ਤੁਰ ਗਏ, ਇਹ ਗੱਲ ਚਿੰਤਾ ਦਾ ਵਿਸ਼ਾ ਹੈ। ਪਰ ਇਹਦਾ ਜਵਾਬ ਵੀ ਹੈ ਕਿ ਸਾਡੀ ਟੇਕ ਜਿਹੜੀ ਹੈ ਉਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਟੁੱਟ ਚੁੱਕੀ। ਅਤੇ ਮੇਰੀ ਗੁਜ਼ਾਰਿਸ਼ ਹੈ ਕਿ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ
गुरु साहब की बाणी का एक एक शब्द जड़ा है वो कमजोर आत्मा नु बलवान का बख्शदा है, कठोर आत्मा नु निर्मल का बख्शदा है, और दिखते ढहले डोलते मनुख नु हौसला बख्शिश करता है। इस करके बाणी पढ़नी बाणी सुननी बहुत जरूरी है। एक शक्ति संगत है तुहाडा सारा दा भावें स्नेह किसी किस्म का भी होवे संगति रूप में अरदास करनी ये भी परिवार लई भैन रविंदर कौर लई सदा भुपिंदर सिंह लई और परिवार के बाकी जीआं लई ये भी हौसला मिलिया ढास मिली ते इक साडा इतिहास जिहड़ा लहू भेजिया है जो सानू बल दिंदा है ढास दिंदा हौसला दिंदा। सो मैं ज़्यादा समा ना लैंदा होया तुहाडा सारिआं दा भैन रविंदर कौर वालों सरदार भुपिंदर सिंह जी वालों उस बच्ची वालों जिन्हें उन्होंने आनंद कार्ज लिया सरदार जगदीप सिंह नाल छोटे भरा उन्हां वालों परवाणी परिवार वालों तुहाडा सारिआं दा बहुत बहुत धन्नवाद करदा। तुसीं बहुत वड्डी गिणती विच आ के परिवार नाल अपनी सांझ दा प्रगटावा करदिआं होइआं इस दुख दी घड़ी विच शरीक हो के अरदास कीती जिहदे नाल परिवार नूं ढास मिली बल मिलिया ताकत मिली तुहाडा रोम रोम करके धन्नवाद। बेनती है कड़ाह प्रशादी देख लैण उपरंत गुरु का लंगर परिवार वालों तैयार किया गया सारिआं ने छके जाण की कृपालता करनी ते चाह दा लंगर भी तैयार है चाह भी छके जाणी। जिहड़े आगू सजन और इन्हां ने बड़ी चंगी गल की खास करके नागरा साहब ने बेटे तौर पर कहा गर्मी का मौसम है ਇਹ ਕਥਾ ਬੰਦਾ ਧੰਨਵਾਦ ਕਰ ਦਿਓ ਇਹ ਚੰਗੀ ਕਰਤਾ ਅਤੇ ਮੈਂ ਉਚੇਚੇ ਤੌਰ 'ਤੇ ਸਾਰੇ ਆਪਣਾ ਆਗੂ ਸਜਣਾ ਦਾ ਵੀ ਧੰਨਵਾਦ ਕਰਦਾ। ਗੁਰਜੀ ਦੀ ਸੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਜੀ ਡੇਰਾ ਸਰਦਾਰ ਦਰਬਾਰਾ ਸਿੰਘ ਜੀ ਰੰਧਾਵਾ ਗੋਰਖਾ ਜੀ ਸਰਦਾਰ ਕੁਲਦੀਪ ਸਿੰਘ ਜੀ ਸੋਢਾ ਸਰਦਾਰ ਅਮਰਜੀਤ ਸਿੰਘ ਜੀ ਮੈਨੇਜਰ ਗੁਰਦੁਆਰਾ ਫਤਿਹਗੜ੍ਹ ਸਾਹਿਬ ਸਰਦਾਰ ਬਲਜੀਤ ਸਿੰਘ ਜੀ ਸਾਬਕਾ ਪ੍ਰਧਾਨ ਆਰਤੀ ਐਸੋਸੀਏਸ਼ਨ ਸਰੰਦ ਸ਼੍ਰੀ ਸਾਧੂ ਰਾਮ ਮਾਜਰਾ ਜੀ ਸਰਦਾਰ ਤੇਜਾ ਸਿੰਘ ਜੀ ਪਜੋਲਾ ਦੇ ਸਰਪੰਚ ਜਥੇਦਾਰ ਨੇ ਮੂਲੇ ਪਰਦੇ ਸਰਦਾਰ ਸ਼ੇਰ ਸਿੰਘ ਜੀ ਮਿਊਂਸੀਪਲ ਕਮਿਸ਼ਨਰ ਸਰਹੰਦ ਸਰਦਾਰ ਅਮਰਿੰਦਰ ਸਿੰਘ ਜੀ ਲਿਬੜਾ ਸਰਦਾਰ ਰਣਜੀਤ ਸਿੰਘ ਜੀ ਲਿਬੜਾ ਔਰ ਹੋਰ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਪੰਜ ਸਰਪੰਚ ਵੱਡੀ ਗਿਣਤੀ ਦੇ ਵਿੱਚ ਆੜ੍ਹਤੀ ਸਾਹਿਬਾਨ ਔਰ ਸ਼ਹਿਰ ਐਸੋਸੀਏਸ਼ਨ ਦੇ ਨੁਮਾਇੰਦੇ ਕੋਪਰੇਟ ਸੋਸਾਇਟੀਆਂ ਦੇ ਪ੍ਰਧਾਨ ਸਾਹਿਬਾਨ ਬੈਂਕਾਂ ਦੇ ਮੈਨੇਜਰ ਸਾਹਿਬਾਨ ਜੀ ਐਸ ਟੀ ਧਨਵਾਦ ਸਾਹਿਬ ਤੋਂ ਸਾਰਿਆਂ ਤੋਂ ਸਮੁੱਚੀ ਸੰਗਤ ਤੋਂ ਆਪਾਂ ਵੀ ਮੰਗਦੇ ਹੋਏ ਸਾਰਿਆਂ ਨੂੰ ਬੇਨਤੀ ਹੈ ਕਿ ਲੰਗਰ ਛੱਕ ਕੇ ਜਾਣਾ ਅਲਾਓ ਬੰਦੇ ਪੁਰਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।